ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਬੁੱਢੇ ਹੋ ਚੁੱਕੇ ਨੇ ਤਾਂ ਉਹਨਾਂ ਨੂੰ 올ਡ ਏਜ ਹੋਮ ਜਾ ਕੇ ਆਰਾਮ ਕਰਨਾ ਚਾਹੀਦਾ ਹੈ। ਦਰਅਸਲ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਕਾਂਗਰਸ ਦੇ ਸਾਬਕਾ ਸੰਸਦ ਪ੍ਰਤਾਪ ਸਿੰਘ ਬਾਜਵਾ। ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇੱਕ ਮਾਂ ਵੀ 93 ਸਾਲਾਂ ਬਜ਼ੁਰਗ ਦੇ ਹੱਥਾਂ ਵਿੱਚ ਆਪਣਾ ਬੱਚਾ ਨਹੀਂ ਦਿੰਦੀ ਕਿ ਉਹ ਡਿੱਗ ਨਾ ਜਾਵੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੰਬਦੇ ਹੱਥਾਂ ਵਿੱਚ ਪੰਜਾਬ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ। ਇਹਨਾਂ ਨੇ ਮੌਜੂਦਾ ਸਰਕਾਰ ਤੇ ਨਿਸ਼ਾਨਾ ਸਾਧਿਆਂ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਉਹ ਨਸ਼ਾ ਖਤਮ ਕਰਨਗੇ ਤੇ ਵਪਾਰ ਨੂੰ ਵਧਾਵਾ ਦੇਣਗੇ, ਪੰਜਾਬ ਦੀ ਨੌਜਵਾਨੀ ਲਈ ਰੋਜ਼ਗਾਰ ਵੀ ਮੁਹੱਈਆ ਕਰਵਾਉਣਗੇ। 93 ਸਾਲ ਦੇ ਸਾ ਪ੍ਰਕਾਸ਼ ਸਿੰਘ ਹੋ ਗਏ, ਜੇ 93 ਸਾਲ ਦਾ ਬਜ਼ੁਰਗ ਜਿਹੜਾ ਜਿਸ ਦੇ ਹੱਥ ਦੇ ਵਿੱਚ ਕੋਈ ਨਿਆਣਾ ਵੀ ਨਹੀਂ ਆਪਣਾ ਹੱਥ ਬੰਦਾ, ਜਦੋਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿਸੇ ਦੇ ਘਰ ਜਾਂਦਾ, 93 ਸਾਲ ਦੇ ਬਜ਼ੁਰਗ ਦੇ ਹੱਥ 'ਚ ਮਾਂ ਜਿਹੜੀ ਹੈ ਨਿਆਣਾ ਨਹੀਂ ਥਮਾਉਂਦੀ ਕਿ ਬੱਚਾ ਨਾ ਕਿਤੇ ਉਹਦੇ ਹੱਥ 'ਚੋਂ ਡਿੱਗ ਪਏ, ਐਡਾ ਵੱਡਾ ਪੰਜਾਬ ਉਹਦੇ ਹੱਥ 'ਚ ਕਿਸ ਤਰ੍ਹਾਂ ਥਮਾ ਦਾਂਗੇ। ਇਸੇ ਗੱਲ ਕਾਰਨ ਤੁਸੀਂ ਵੇਖ ਰਹੇ ਹੋ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਕੰਬ ਰਹੇ ਨੇ, ਉਹਨਾਂ ਦੇ ਕੰਬਦੇ ਹੱਥਾਂ ਦੇ ਨਾਲ ਕੋਈ ਸਹੀ ਫੈਸਲਾ ਨਹੀਂ ਹੋ ਰਿਹਾ। ਅੱਜ ਪੰਜਾਬ ਦੀ ਆਰਥਿਕ ਸਥਿਤੀ ਖਤਮ ਹੋ ਚੁੱਕੀ ਹੈ, ਅੱਜ ਕਿਸੇ ਦੀ ਜ਼ਿੰਦਗੀ ਮਾਲ ਮਹਿਫੂਜ਼ ਨਹੀਂ ਹੈ, ਬੱਚਿਆਂ ਨੂੰ ਨੌਕਰੀਆਂ ਨਹੀਂ ਨੇ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਇੱਕੋ ਬੇਨਤੀ ਕਰੂੰਗਾ, ਬਾਦਲ ਸਾਹਿਬ ਲਾਲਚ ਘੱਟ ਕਰੋ, ਟਾਈਮ ਆ ਗਿਆ, ਤੁਸੀਂ ਆਪਣੇ ਪਿੰਡ 'ਚ ਬਹੁਤ ਬਿਹਤਰੀਨ ਬਜ਼ੁਰਗਾਂ ਦਾ 올ਡ ਏਜ ਹੋਮ ਬਣਾਇਆ ਬੁੱਢਿਆਂ ਵਾਸਤੇ, ਹੁਣ ਟਾਈਮ ਹੈ ਪਰਮਾਤਮਾ ਦਾ ਨਾਂ ਲਓ ਅਤੇ ਬਾਦਲ ਪਿੰਡ 'ਚ ਜਿਹੜਾ ਬਿਰਧ ਆਸ਼ਰਮ ਬਣਿਆ ਉੱਥੇ ਚੁੱਪ ਹੋ ਕੇ ਰੈਸਟ ਕਰੋ, ਰਜਾਈ ਲਓ, ਖੀਲਾ ਵਕਤੇ ਲੱਤਾਂ ਬਾਹਾਂ ਆਪਣੀਆਂ ਜਿਹੜੀਆਂ ਨੇ ਵਧੀਆ ਉੱਥੇ ਗਰਮ ਗੁਰਮ ਕਰੋ ਅਤੇ ਪੰਜਾਬ ਵਾਲਿਆਂ ਨੂੰ ਸੁਰਖਰੂ ਕਰੋ, ਪੰਜਾਬ ਦੀ ਜਾਨ ਛੱਡੋ। ਸਾਰਿਆਂ ਨੂੰ ਪਹਿਲੀ ਚੀਜ਼ ਜੇ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਅਤੇ ਪੰਜਾਬੀਆਂ ਨੇ ਆਸ਼ੀਰਵਾਦ ਰੱਖਿਆ ਸਾਡੇ 'ਤੇ, ਪਹਿਲੀ ਚੀਜ਼ ਅਸੀਂ ਨਸ਼ਿਆਂ ਦਾ ਜਿਹੜਾ ਕੋੜ ਹੈ ਉਹ ਪੰਜਾਬ 'ਚੋਂ ਵੱਢਣਾ। ਸਪੈਸ਼ਲ ਕਚਹਿਰੀਆਂ ਬਣਨੀਆਂ ਨੇ, 10 ਸਾਲ 'ਚ ਜਿਨ੍ਹਾਂ ਨੇ ਨਸ਼ੇ ਵੇਚੇ ਅਤੇ ਵਿਖਾਏ ਨੇ ਉਹਨਾਂ ਦੇ ਖਿਲਾਫ ਬਹੁਤ ਵੱਡੇ ਪੈਮਾਨੇ 'ਤੇ ਇੱਕ ਸੰਘਰਸ਼ ਹੋਏਗਾ, ਉਹਨਾਂ ਨੂੰ ਕਚਹਿਰੀਆਂ 'ਚ ਲਿਆ ਜਾਏਗਾ, ਸਜ਼ਾਵਾਂ ਵੀ ਦਵਾਵਾਂਗੇ, ਉਹਨਾਂ ਦੀਆਂ ਜਾਇਦਾਦਾਂ ਕੁਰਕ ਵੀ ਕੀਤੀਆਂ ਜਾਣਗੀਆਂ।